ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸਭ ਠੀਕ ਠਾਕ ਹੋ? ਸੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਯਾਰ ਬਹੁਤ ਹੀ ਜ਼ਿਆਦਾ ਸਪੈਸ਼ਲ ਹੈ, ਮਤਲਬ ਤੁਸੀਂ ਮੇਰੀ ਯਾਰ ਸਮਾਈਲ ਤੋਂ ਸਮਝ ਸਕਦੇ ਹੋ ਕਿੰਨੀ ਕੁ ਜ਼ਿਆਦਾ ਸਪੈਸ਼ਲ ਹੈ ਨਾ ਅੱਜ ਦੀ ਵੀਡੀਓ ਯਾਰ ਇਹ, ਕਿਉਂਕਿ ਯਾਰ ਆਪਾਂ ਨਾ ਕੁਝ ਆਪਣੀ ਬਾਈਕ ਦੇ ਵਿੱਚ ਕੋਈ ਹੋਰ ਮੋਡੀਫਿਕੇਸ਼ਨ ਕਰਵਾਈ ਸੀ, ਮਤਲਬ ਜਿਹੜੇ ਉਹਦੇ ਪਾਰਟਸ ਨੇ ਉਹ ਆਪਾਂ ਖੋਲ੍ਹ ਕੇ ਕੁਝ ਉਹਦੇ 'ਚ ਅਲੱਗ ਹੀ ਕਰਵਾਇਆ ਗਿਆ। ਮਤਲਬ ਯਾਰ ਉਹ ਬਹੁਤ ਹੀ ਰੇਅਰ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਹੜਾ ਆਪਾਂ ਨੇ ਮੋਡੀਫਿਕੇਸ਼ਨ ਕਰਵਾਈ ਹੈ। ਮੈਨੂੰ ਲੱਗਦਾ ਨਹੀਂ ਕਿ ਯਾਰ ਆਲ ਓਵਰ ਇੰਡੀਆ ਵਿੱਚ ਤੁਹਾਨੂੰ ਜਿਹੜੀ ਮੋਡੀਫਿਕੇਸ਼ਨ ਕਰਵਾਈ ਆਪਾਂ ਤੁਹਾਨੂੰ ਦੇਖਣ ਨੂੰ ਮਿਲੂਗੀ। ਜਿਹੜੀ ਮੋਡੀਫਿਕੇਸ਼ਨ ਕਰਾਉਣੀ ਸੀ ਆਪਾਂ ਨੇ, ਉਹਦੇ ਵਾਸਤੇ ਆਪਾਂ ਨੇ ਪਾਰਟ ਖੋਲ੍ਹੇ ਸੀਗੇ ਅਤੇ ਉਹ ਆਪਾਂ ਪਾਰਟ ਹੁਣ ਲੈ ਆਏਗੇ, ਕਿਉਂਕਿ ਯਾਰ ਉਹਦੇ ਮਤਲਬ ਮੋਡੀਫਿਕੇਸ਼ਨ ਨੂੰ ਕਾਫੀ ਟਾਈਮ ਲੱਗਿਆ, ਨਾਲ ਕੁਛ ਪੂਰਾ 1.5 ਦਿਨ ਲੱਗ ਗਏ ਉਹਦੀ ਮੋਡੀਫਿਕੇਸ਼ਨ ਨੂੰ, ਅਤੇ ਉਹਦੇ ਪਾਰਟ ਆਪਾਂ ਲੈ ਆਏ ਸੀ, ਕਲੈਕਟ ਕਰ ਲਏ, ਤੁਹਾਨੂੰ ਦਿਖਾ ਦੇਣੇ ਕੋਈ ਥੈਲੇ ਦੇ ਵਿੱਚ ਇਕੱਠੇ ਕਰੇ ਪਏ ਨੇ ਸਾਰੇ ਉਹਦੇ ਪਾਰਟ, ਅਤੇ ਹੁਣ ਆਪਾਂ ਉਹਨੂੰ ਆਪਣੀ ਬਾਈਕ ਦੇ ਉੱਪਰ ਨੂੰ ਆਪਾਂ ਸੈਂਪਲ ਕਰਾਂਗੇ ਅਤੇ ਉਸ ਤੋਂ ਬਾਅਦ ਤੁਹਾਡੀ ਵੀ ਫਾਈਨਲ ਲੁੱਕ ਆਊਗੀ ਬਾਈਕ ਦੀ। ਤੁਹਾਨੂੰ ਉਹ ਦਿਖਾਊਗਾ ਯਾਰ, ਮਤਲਬ ਬਹੁਤ ਹੀ ਰੇਅਰ ਚਾਂਸ ਹੋਗਾ ਕਿ ਹਾਂ ਯਾਰ ਤੁਹਾਨੂੰ ਕਿਤੇ ਇਹੀ ਬਾਈਕ ਦੇਖੀ ਹੋਊਗੀ, ਅਤੇ ਬਾਈਕ ਤੁਹਾਨੂੰ ਤੁਸੀਂ ਪਾਰਟ ਦਿਖਾ ਦੇਣਾ ਕਿ ਮੈਂ ਇੱਕ ਪਾਰਟ ਕਿਵੇਂ ਲੈ ਕੇ ਆਇਆ ਸੀਗਾ ਸ਼ੋਪ ਤੋਂ ਨਾ ਯਾਰ। ਅਤੇ ਹਾਂ ਯਾਰ, ਤੁਸੀਂ ਦੇਖ ਸਕਦੇ ਹੋ ਇਹ ਥੈਲੇ ਦੇ ਵਿੱਚ ਆਪਾਂ ਨੇ ਆਪਣੇ ਜਿਹੜੇ ਬਾਈਕ ਦੇ ਪਾਰਟ ਨੇ ਉਹ ਖੋਲ੍ਹ ਕੇ ਇਹਦੇ ਵਿੱਚ ਲੈ ਗਏ ਸੀਗੇ, ਕਿਉਂਕਿ ਯਾਰ ਉਹ ਘਰ ਦਾ ਕੁਛ ਜਿਹੜਾ ਆਪਾਂ ਨੇ ਕੰਮ ਕਰਾਉਣਾ ਸੀਗਾ ਉਹ ਘਰੇ ਨਹੀਂ ਸੀ ਹੋ ਰਿਹਾ, ਇਸ ਕਰਕੇ ਆਪਾਂ ਨੇ ਬਾਈਕ ਦੇ ਪਾਰਟ ਕੱਲ੍ਹ ਹੀ ਖੋਲ੍ਹਦੇ ਸੀਗੇ, ਕਿਉਂਕਿ ਯਾਰ ਕੱਲ੍ਹ ਅਸਲ 'ਚ ਰਾਈਡ ਵੀ ਮਿਸ ਹੋ ਗਈ ਸੰਡੇ ਨੂੰ ਹੋਣਾ, ਕਿਉਂਕਿ ਬਾਰਿਸ਼ ਹੋ ਰਹੀ ਸੀ, ਇਸ ਕਰਕੇ ਮੈਂ ਸੋਚਿਆ ਚੱਲ ਆਪਣਾ ਖੁਰਾਫਾਤੀ ਦਿਮਾਗ ਹੈ ਨਾ ਆਪਣਾ ਕੁਛ ਨਾ ਕੁਛ ਕਰਨਾ ਹੀ ਰਹਿਣਾ ਆਪਾਂ ਨੇ, ਤਾਂ ਫਿਰ ਇਹਦੇ ਪਾਰਟ ਆਪਾਂ ਨੇ ਖੋਲ੍ਹ ਲਏ ਸੀਗੇ। ਅਤੇ ਅੱਜ ਹੀ ਲੈ ਕੇ ਆਇਆ ਯਾਰ ਇਹਨੂੰ, ਮੈਂ ਆਉਂਦੇ ਹੋਏ ਆਪਣੇ ਆਫਿਸ ਤੋਂ ਆ ਰਹੇ ਸੀਗੇ, ਇਹਨੂੰ ਆਪਾਂ ਲੈ ਆਏ ਸੀਗੇ, ਅਤੇ ਹੁਣ ਮੈਂ ਤੁਹਾਨੂੰ ਇਹ ਦਿਖਾ ਨਹੀਂ ਸਕਦਾ ਖੋਲ੍ਹ ਕੇ, ਤੁਹਾਨੂੰ ਮੈਂ ਦੂਰੋਂ ਦੂਰੋਂ ਦਿਖਾ ਦਿੰਦਾ ਉਹਦੇ ਵਿੱਚ ਪਏ ਨੇ ਪਾਰਟ ਹੈ ਨਾ। ਅਤੇ ਬਾਕੀ ਯਾਰ ਜਦੋਂ ਆਪਾਂ ਨੂੰ ਪੂਰਾ ਅਸੈਂਬਲ ਕਰ ਲਾਂਗੇ ਆਪਣੀ ਬਾਈਕ ਦੇ ਉੱਪਰ, ਫਿਰ ਤੁਹਾਨੂੰ ਫਿਰ ਜਿਹੜੀ ਫਾਈਨਲ ਲੁੱਕ ਆ ਉਹ ਫਿਰ ਦਿਖਾਊਂਗਾ ਕਿੰਨਾ ਕੁ ਜ਼ਿਆਦਾ ਘੈਂਟ ਲੱਗ ਰਿਹਾ ਹੈ ਨਾ। ਮੈਂ ਤਾਂ ਯਾਰ ਦੇਖ ਕੇ ਪੂਰਾ ਹੋ ਰਿਹਾ ਯਾਰ ਕਿ ਤਸੱਲੀ ਹੋ ਗਈ ਮੈਨੂੰ ਆਪਣੀ ਬਾਈਕ, ਜਦੋਂ ਫਾਈਨਲ ਟੱਚ ਮਿਲੂਗਾ ਉਹ ਘੈਂਟ ਹੋਣ ਵਾਲਾ ਯਾਰ। ਚਲੋ ਫਟਾਫਟ ਕਰਦੇ ਜੀ ਫਾਈਨਲ ਹੈ ਨਾ। ਤੁਹਾਨੂੰ ਯਾਰ ਵੈਸੇ ਮੈਂ ਪਹਿਲਾਂ ਦਿਖਾ ਦਿੰਦਾ ਵੀ ਆਪਾਂ ਨੇ ਕਿਹੜੇ ਕਿਹੜੇ ਪਾਰਟ ਖੋਲ੍ਹੇ ਨੇ ਨਾ, ਅਤੇ ਜਿਹੜੇ ਆਪਾਂ ਮਤਲਬ ਫਾਈਨਲ ਪਾਰਟ ਜਿਹਦੇ ਉੱਪਰ ਅਸੈਂਬਲ ਕਰਾਂਗੇ ਉਹਦੀ ਲੁੱਕ ਤੁਹਾਨੂੰ ਬਿਲਕੁਲ ਲਾਸਟ ਦੇ ਵਿੱਚ ਦੇਖੋਗੇ ਵੀਡੀਓ ਦੇ ਬਿਲਕੁਲ ਲਾਸਟ ਦੇ ਵਿੱਚ। ਸੋ ਯਾਰ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਨਾ। ਅਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਪਾਂ ਨੇ ਇੱਕ ਤਾਂ ਆਹ ਖੋਲ੍ਹਿਆ ਜਿਹੜਾ ਉਰੇ ਲੱਗਿਆ ਸੀਗਾ, ਇਹਦਾ ਜਿਹੜਾ ਉੱਪਰ ਜਿਹਦੇ ਆਪਾਂ ਕੀ ਕਰਦੇ ਨਾ ਔਨ ਆਫ ਵਾਲਾ, ਉਰੇ ਇੱਕ ਕਵਰ ਲੱਗਿਆ ਹੁੰਦਾ ਹੈਗਾ ਟੈਂਕੀ ਦੇ ਉੱਪਰ, ਇਹ ਖੋਲ੍ਹਿਆ ਆਪਾਂ ਨੇ, ਵਿੰਗਸ ਖੋਲ੍ਹੇ ਨੇ ਆਪਣੇ, ਵਿੰਗਸ ਤੋਂ ਬਾਅਦ ਤੁਸੀਂ ਆਹ ਪੋਰਸ਼ਨ ਦੇਖ ਸਕਦੇ ਹੋ ਬਿਲਕੁਲ ਹੀ ਖਾਲੀ ਹੋਇਆ ਪਿਆ, ਆਹ ਸਾਰਾ ਪੋਰਸ਼ਨ ਖਾਲੀ ਹੈ, ਇੱਥੇ ਖਾਲੀ ਹੈ, ਆਹ ਖਾਲੀ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋਗੇ ਇਹ ਸਾਰਾ ਪੋਰਸ਼ਨ ਖਾਲੀ ਹੈ, ਐਜ ਇਟ ਇਜ਼ ਵਿੰਗਸ ਵੀ ਖੋਲ੍ਹ ਰੱਖੇ ਨੇ ਆਪਾਂ ਨੇ, ਅਤੇ ਪਿੱਛੋਂ ਦੀ ਟੇਲ ਦੇਖੋ ਤੁਸੀਂ ਸਾਰੀ ਮਤਲਬ ਉਰੇ ਤੱਕ ਖਾਲੀ ਹੈ ਪਾਰਟ ਨਾ, ਉਰੇ ਮਿਸਿੰਗ ਨੇ ਸਾਰੇ ਕੁਛ ਕੁ ਪਾਰਟ, ਉਹ ਤੁਹਾਨੂੰ ਲੱਗ ਜਾਣਗੇ ਪਤਾ ਯਾਰ ਹੌਲੀ ਹੌਲੀ ਨਾ ਜਦੋਂ ਆਪਾਂ ਅਸੈਂਬਲ ਕਰਾਂਗੇ। ਅਤੇ ਹੁਣ ਇਹ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਇਸ ਤੋਂ ਬਾਅਦ ਤੁਹਾਨੂੰ ਮੈਂ ਫਾਈਨਲ ਲੁੱਕ ਦੀ ਵੀਡੀਓ ਦਿਖਾਊਂਗਾ ਸਿੱਧਾ ਹੈ ਨਾ, ਜ਼ਿਆਦਾ ਲੰਬੀ ਵੀਡੀਓ ਨਹੀਂ ਰੱਖਦੇ ਆਪਾਂ, ਅਸੈਂਬਲ ਕਰਦੇ ਇਹਨੂੰ ਫਟਾਫਟ ਬਸ। ਸੋ ਫਾਈਨਲੀ ਆ ਜਿਹੜੇ ਆਪਾਂ ਨੇ ਇਹਦੇ ਬਾਈਕ ਦੇ ਪਾਰਟ ਖੋਲ੍ਹੇ ਸੀ ਉਹ ਆਪਾਂ ਨੇ ਅਸੈਂਬਲ ਕਰ ਲਏ। ਸੱਚੀ ਕਹਿ ਰਿਹਾ ਕਿ ਮਤਲਬ ਮੈਂ ਖੁਦ ਇੰਨਾ ਹੈਰਾਨ ਹੋਣਾ ਕਿ ਜਿਹੜੇ ਰਿਜ਼ਲਟ ਨਿਕਲ ਕੇ ਆਏ ਨੇ ਨਾ ਫਾਈਨਲ ਵਾਲੇ, ਮਤਲਬ ਮੈਨੂੰ ਲੱਗਦਾ ਨਹੀਂ ਯਾਰ ਵੀ ਕਿਸੇ ਨੇ ਹੁਣ ਤੱਕ ਇੰਡੀਆ ਦੇ ਵਿੱਚ ਐਡੀ ਕੀ ਮੋਡੀਫਿਕੇਸ਼ਨ ਇਹਦੀ ਕਰਾਈ ਹੋਊਗੀ। ਅਤੇ ਤੁਹਾਨੂੰ ਮੈਂ ਹੁਣ ਇਹਦੀ ਫਾਈਨਲ ਲੁੱਕ ਦਿਖਾ ਦਿੰਦਾ ਯਾਰ ਵੀ ਕਿੱਡੀ ਘੈਂਟ ਲੱਗ ਰਹੀ ਹੈ ਨਾ। ਅਤੇ ਆਪਾਂ ਫਰੰਟ ਤੋਂ ਸ਼ੁਰੂ ਕਰਾਂਗੇ, ਟੇਲ ਤੱਕ ਜਾਵਾਂਗੇ, ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਫਰੰਟ ਤੋਂ ਹੈ ਨਾ, ਵੀ ਕਿਹੜੀ ਕਿਹੜੀ ਆਪਾਂ ਨੇ ਮੋਡੀਫਿਕੇਸ਼ਨ ਕਰਾਈ ਹੈ ਅੱਜ ਬਾਈਕ ਦੀ। ਸੱਚੀ ਕਹਿ ਰਿਹਾ ਮੈਂ ਤਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਹਾਂ ਯਾਰ ਕਿ ਮਤਲਬ ਤੁਸੀਂ ਦੇਖੋ ਯਾਰ ਇੱਕ ਵਾਰੀ ਫਿਰ ਯਕੀਨ ਕਰੋਗੇ। ਹਾਂ ਸ਼ੁਰੂ ਕਰਦੇ ਹਾਂ, ਪਹਿਲਾਂ ਫਰੰਟ ਤੋਂ ਸ਼ੁਰੂ ਕਰ ਲੈਂਦੇ ਹੈ ਨਾ, ਫਰੰਟ ਤੋਂ ਸ਼ੁਰੂ ਕਰਦੇ ਹਾਂ, ਤੁਸੀਂ ਆਹ ਚੱਕੋ ਜੀ ਹੁਣ ਦੇਖੋ ਵਿੰਗਸ ਦੇ, ਇਹ ਫੂਰ ਕਾਰਬਨ ਫਾਈਬਰ ਕਰਵਾ ਤੇ ਇਹ ਆਪਾਂ ਨੇ ਨਾ, ਇਹ ਵਿੰਗਸ ਹੋ ਗਏ ਇਸ ਸਾਈਡ, ਅਤੇ ਇਸ ਤੋਂ ਬਾਅਦ ਆਪਾਂ ਆ ਜਾਵਾਂਗੇ ਫਰੰਟ ਦੇ ਉੱਪਰ ਬਿਲਕੁਲ ਟੋਪ ਦੇ ਉੱਪਰ, ਆਹ ਵੀ ਆਪਾਂ ਨੇ ਫੁੱਲ ਕਾਰਬਨ ਫਾਈਬਰ ਕਰਵਾ ਤਾ। ਆਈ ਸਾਹਿਬ ਸਿਰਾ ਆ ਰਹੀ ਹੈ। ਅਤੇ ਉਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਪਿੱਛੇ ਨੂੰ ਆਵਾਂਗੇ, ਜਦੋਂ ਆਹ ਚੈੱਕ ਕਰੋ ਯਾਰ,
ਇੱਕ ਆਹ ਕਵਰ ਕਰਵਾਤਾ ਆਪਾਂ ਨੇ, ਆਹ ਵਾਲਾ ਕਰਵਾਤਾ ਜਿਹੜਾ ਕਿ ਚੈਨ ਦੇ ਕਵਰ ਦੇ ਉੱਪਰ ਹੁੰਦਾ ਇਹ ਚੈਨ, ਮਤਲਬ ਜਿਹੜਾ ਉਹਦੇ ਗਰਾਰੀ ਹੁੰਦੀ ਨਾ ਉਹਦੇ ਉੱਪਰ ਜਿਹੜਾ ਕਵਰ ਹੈ ਇਹ ਕਰਵਾਤਾ, ਇੱਕ ਆਹ ਕਰਵਾ ਲਿਆ। ਅਤੇ ਉਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਹੋਰ ਪਿੱਛੇ ਆਉਂਦੇ ਹਾਂਗੇ, ਇਹ ਆ ਗਿਆ ਚੈਨ ਕਵਰ। ਫਿਨਿਸ਼ਿੰਗ ਦੇਖੋ ਯਾਰ ਤੁਸੀਂ ਕੰਮ ਦੀ ਯਾਰ, ਇਹ ਹੋ ਗਿਆ। ਉਸ ਤੋਂ ਬਾਅਦ ਇਹਦਾ ਮਡਗਾਰਡ ਹੋ ਗਿਆ ਉੱਪਰਲਾ, ਦਿਖਾਉਣਾ ਤੁਹਾਨੂੰ ਡਿਟੇਲ 'ਚ ਚੰਗੀ ਤਰ੍ਹਾਂ। ਆਹ ਚੈੱਕ ਕਰੋ ਯਾਰ, ਇਹ ਹੋ ਗਿਆ। ਉਸ ਤੋਂ ਬਾਅਦ ਸੇਮ ਐਜ ਇਟ ਇਜ਼ ਦੂਜੀ ਸਾਈਡ, ਮਤਲਬ ਯਾਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਯਾਰ, ਕੀ ਦੱਸਾਂ ਤੁਹਾਨੂੰ ਯਾਰ। ਆਹ ਵੀ ਕਰਾਤਾ ਫੁੱਲ ਆਪਾਂ ਨੇ, ਇਹ ਸਿਰਫ ਔਰ ਸਿਰਫ ਤਾਂ ਹੋ ਪਾਇਆ ਕਿਉਂਕਿ ਯਾਰ ਸੰਡੇ ਨੂੰ ਆਪਾਂ ਰਾਈਡ 'ਤੇ ਨਹੀਂ ਜਾ ਸਕੇ ਸੀ ਨਾ, ਮੈਂ ਚਲੋ ਕੁਛ ਅਲੱਗ ਹੀ ਕਰਦੇ ਹਾਂ ਯਾਰ। ਅਤੇ ਸੇਮ ਜਿਹੜਾ ਦੂਜੀ ਸਾਈਡ ਸੀਗਾ ਉਹ ਵੀ ਇਸ ਸਾਈਡ ਹੋ ਗਿਆ, ਇਸ ਸਾਈਡ ਦਾ ਜਿਹੜਾ ਵਿੰਗਸ ਹੈ ਇਹ ਹੋ ਗਿਆ। ਅਤੇ ਯਾਰ ਹੁਣ ਚੈੱਕ ਕਰੋ ਯਾਰ ਲੁੱਕ ਵੀ, ਸਿਰਾ ਲੱਗ ਰਿਹਾ ਯਾਰ ਪੂਰਾ ਯਾਰ। ਹੋਪ ਯਾਰ ਤੁਹਾਨੂੰ ਆਪਣੀ ਬਾਈਕ ਦੀ ਹੁਣ ਤੱਕ ਦੀ ਜਿਹੜੀ ਮੋਡੀਫਿਕੇਸ਼ਨ ਆਪਾਂ ਕਰਦੇ ਜਾ ਰਹੇ ਹਾਂ ਉਹ ਪਸੰਦ ਆਈ ਹੋਊਗੀ। ਅਤੇ ਯਾਰ ਇੱਕ ਥੋੜ੍ਹਾ ਹਿੰਟ ਦੇ ਦੇਣਾਗੇ, ਅਤੇ ਜਿਹੜੀ ਇਹ ਬਾਈਕ ਹੈ ਮਤਲਬ ਇਸ ਤੋਂ ਉੱਪਰ ਵੀ ਜਿਹੜੇ ਹੋਰ ਵੀ ਮੋਡਲ ਆਉਂਦੇ ਨੇ ਨਾ ਉਹਨਾਂ 'ਚ ਕਿਸੇ 'ਚ ਮੈਨੂੰ ਲੱਗਦਾ ਨਹੀਂ, ਸ਼ਾਇਦ ਕਰੂਜ਼ ਕੰਟਰੋਲ ਹੈਗਾ ਜਿਹੜਾ 10R ਆ ਰਿਹਾ ਉਹਨਾਂ ਦੇ ਵਿੱਚ ਹੈਗਾ ਨਾ ਕਰੂਜ਼ ਕੰਟਰੋਲ। ਬਾਕੀ ਜਿਹੜੇ ਇਹਦੇ ਨਾਲ ਦੇ ਬਾਈਕ ਨੇ 800 ਹੋ ਗਿਆ 900 ਹੋ ਗਿਆ ਉਹਨਾਂ 'ਚ ਕਰੂਜ਼ ਕੰਟਰੋਲ ਨਹੀਂ ਹੈਗਾ, ਬਟ ਆਉਣ ਵਾਲੇ ਨੈਕਸਟ ਵੀਕ 'ਚ ਆਪਾਂ ਇਹ 'ਚ ਕਰੂਜ਼ ਕੰਟਰੋਲ ਆਪਾਂ ਇਹ 'ਚ ਸ਼ਿਫਟ ਕਰਾਂਗੇ, ਉਹ ਵੀ ਜੇ ਤੁਹਾਨੂੰ ਵੀਡੀਓ ਤੋਂ ਦਿਖਾ ਦਾਂਗੇ ਯਾਰ। ਕਰੂਜ਼ ਕੰਟਰੋਲ ਬਣਾ ਦੇਣਾ ਕਿ ਮਤਲਬ ਉਹ ਤੁਹਾਨੂੰ ਯਾਰ ਉਹ ਸਾਰੀ ਡਿਟੇਲ ਅਗਲੀ ਵੀਡੀਓ ਦੇ ਵਿੱਚ ਪਤਾ ਲੱਗ ਜੂਗੀ ਨਾ ਕਰੂਜ਼ ਕੰਟਰੋਲ ਕੀ ਹੁੰਦਾ, ਅਤੇ ਆਪਾਂ ਇਹਦੇ ਵਿੱਚ ਕਿਵੇਂ ਫਿੱਟ ਕਰਾਂਗੇ, ਕਿਹੜਾ ਮਕੈਨਿਜ਼ਮ ਲੱਗੂਗਾ, ਉਹ ਸਾਰੀ ਡਿਟੇਲ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਆਪਾਂ ਜ਼ਰੂਰ। ਅਤੇ ਹੋਪ ਯਾਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ, ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਯਾਰ ਨਾ ਵੀ ਕਿਵੇਂ ਲੱਗੀ। ਕੋਈ ਵੀ ਤੁਹਾਡੀ ਕੁਆਰੀ ਹੋਊਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋਗੇ। ਅਤੇ ਵੀਡੀਓ ਕਿਵੇਂ ਲੱਗੀ, ਚੰਗੀ ਲੱਗੀ ਮਾੜੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਬਾਏ ਬਾਏ।